ਜੀ ਘਰ ਵਾਪਸ ਆ ਗਿਆ ਅਤੇ ਇੱਥੇ ਆ ਕੇ ਤਾਂ ਦੋ ਤਿੰਨ ਕੰਮ ਹੈਗੇ ਸੀ, ਸ਼ਹਿਰ ਜਾਣਾ ਸੀ, ਉਧਰੋਂ ਹੋ ਲਿਆ ਹੈਗਾ, ਦੋ ਤਿੰਨ ਕੰਮ ਜੇ ਕੰਪਲੀਟ ਕਰ ਲੈਣ ਦੋਨੋਂ ਚੱਲੇ ਹਾਂ। ਮਿਸਤਰੀ ਨੇ ਕਿੰਨਾ ਕੰਮ ਕੀਤਾ ਚੱਲ ਕੇ ਦੇਖ ਕੇ ਆਉਂਦੇ ਹਾਂ। ਠੀਕ ਹੈ ਜੀ, ਆਪਾਂ ਚੱਲੇ ਹਾਂ ਘਰ। ਔਰ ਜਿਹੜੀ ਕੱਲ੍ਹ ਨੀਂਹ ਭਰੀ ਸੀ ਉਹਦੇ ਉੱਤੇ ਬੱਕਰੀ ਬੈਠੀ ਹੋਈ ਹੈ, ਉੱਠ ਜਾ ਵਿੱਚੇ ਚੁਣਾਈ ਹੋ ਜਾਣੀ ਨਹੀਂ ਤਾਂ ਤੇਰੀ। ਔਰ ਇਹ ਦੇਖੋ ਮਾਸ਼ਾਅੱਲਾ ਦੀਵਾਰ ਇੰਝ ਕੰਪਲੀਟ ਹੋ ਗਈ ਨਾ ਮੁਕੰਮਲ, ਅਤੇ ਬੜੀ ਖੂਬਸੂਰਤੀ ਵੀ ਬਣ ਜਾਵੇਗੀ, ਤਾਂ ਉਸ ਤਰੀਕੇ ਮਾਸ਼ਾਅੱਲਾ ਨਾ ਇਹਨਾਂ ਨੂੰ ਮਤਲਬ ਇਹਨਾਂ ਕੋਈ ਟੈਨਸ਼ਨ ਨਹੀਂ ਹੋਣੀ ਹੈਗੀ, ਕਿਉਂਕਿ ਉੱਪਰ ਦੀਵਾਰ ਹੋਣੀ ਹੈ। ਡੂੰਗੀ ਵੀ ਜਗ੍ਹਾ ਕਾਫੀ ਹੈਗੀ, ਦੇਖੋ ਕਿੱਥੋਂ ਕਿੱਥੇ ਆ ਰਹੀਆਂ ਹੈਗੀਆਂ। ਹਾਂ, ਬਾਜ਼ੂ ਦਰਦ ਹੀ ਕਰਦੇ ਨੇ, ਫਿਰ ਇੱਥੇ ਆਉਣੀਆਂ ਹੁੰਦੀਆਂ ਨੇ। ਉਹ ਕਿੱਥੋਂ ਕਿਹੜੀ ਜਗ੍ਹਾ 'ਤੇ ਹੈ ਦੇਖੋ, ਇੱਥੇ ਆ ਰਹੀਆਂ ਹੈਗੀਆਂ। ਆਹ ਵੀ ਸਹੀ ਹੈ, ਪੈਪ ਆਪਣਾ ਲੱਗਿਆ ਹੋਇਆ, ਪੰਪ ਪੈਪ ਨਾਲ ਇੱਥੇ ਤਰਾਈ ਹੋ ਜਾਂਦੀ ਹੈਗੀ ਨਾਲ ਨਾਲ। ਹਾਂ ਹੈਗੀਆਂ ਨੇ, ਸਿਰਫ ਇਹਨਾਂ ਦੀ ਦੀਵਾਰ ਨਹੀਂ ਹੈਗੀ, ਅਤੇ ਅੱਲਾ ਪਾਕ ਨੇ ਸਬਬ ਬਣਾ ਦਿੱਤਾ ਇਹਨਾਂ ਦਾ, ਅਤੇ ਇਹਨਾਂ ਦੀ ਦੀਵਾਰ ਵੀ ਕੰਪਲੀਟ ਹੋ ਜਾਏਗੀ ਇਨਸ਼ਾਅੱਲਾ 2 ਦਿਨਾਂ ਦੇ ਵਿੱਚ। ਹਸਨ ਬੇਟਾ ਬਸ ਕਰ, ਇਹਨਾਂ ਨੂੰ ਅੱਗੇ ਕਰ ਲਾ, ਅਤੇ ਬਹੁਤ ਹੈਗੀਆਂ ਨੇ। ਹਾਂ ਇਹ ਬਹੁਤ ਹੈਗੀਆਂ ਨੇ, ਆ ਜਾ ਸਾਹ ਲੈ ਲੈ ਨਾਲੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਕੀ ਹਾਲ ਮੇਰੇ ਤਮਾਮ ਭੈਣਾਂ ਭਾਈਆਂ, ਠੀਕ ਠਾਕ ਹੋ ਤਾਂ? ਅਲਹਮਦੁਲਿਲ੍ਲਾ ਮੈਂ ਬਿਲਕੁਲ ਠੀਕ ਠਾਕ ਹਾਂ। ਔਰ ਬਾਕੀ ਮਾਸ਼ਾਅੱਲਾ ਅੱਜ ਸੁਬਹ ਸੁਬਹ ਹੀ ਜਾ ਕੇ ਚਾਰਾ ਲੈ ਕੇ ਆਇਆ ਬਾਬਾ ਜੀ, ਬੜਾ ਹੀ ਪਿਆਰਾ ਮਾਸ਼ਾਅੱਲਾ, ਦੇਖੋ ਕਿਤਨਾ ਲੰਬਾ ਲੰਬਾ ਗਾਹ ਹੈਗਾ, ਦੇਖੋ ਮਾਸ਼ਾਅੱਲਾ। ਔਰ ਬੱਕਰੀਆਂ ਬੜੀ ਸ਼ੌਕ ਨਾਲ ਖਾਂਦੀਆਂ ਹੈਗੀਆਂ ਨੇ, ਦੇਖੋ ਕਿਤਨਾ ਪਿਆਰਾ ਹੈਗਾ ਚਾਰਾ, ਜ਼ਬਰਦਸਤ ਹੋ ਗਿਆ, ਇਤਨੀ ਇਹਦੀ ਹਾਈਟ ਹੈਗੀ ਚਾਰੇ ਦੀ, ਔਰ ਖੂਬਸੂਰਤ ਕਿਤਨਾ ਹੈਗਾ, ਕਿਤਨਾ ਪਿਆਰਾ ਚਾਰਾ ਦੇਖ ਲੈ। ਚਲੋ ਉੱਤੇ ਕੱਪੜਾ ਦੇ ਦੇ। ਹਾਂ ਇਸ ਤਰੀਕੇ ਇਕੱਠਾ ਕਰਨਾ ਪੈਂਦਾ, ਇਸ ਤਰੀਕੇ ਇਸ ਵੀ ਥੋੜੇ ਥੋੜੇ ਆ ਇੱਕ ਇੱਕ ਜਿਸ ਤਰ੍ਹਾਂ ਦੇਖੋ ਨਾ, ਇਸ ਤਰੀਕੇ ਆ ਬਿਲਕੁਲ। ਤਾਂ ਕਰਕੇ ਨਾ 2 ਘੰਟੇ 3 ਲੱਗ ਜਾਂਦੇ, ਕੋਈ ਨਹੀਂ, ਅੱਲਾ ਪਾਕ ਕਰਮ ਕਰੇ। ਅੱਲਾ ਪਾਕ ਦਾ ਸ਼ੁਕਰ ਹੈ ਤੁਹਾਡੇ ਭੈਣਾ ਭਾਈਆਂ ਦੀ ਦੁਆਵਾਂ ਦਾ, ਮਾਸ਼ਾਅੱਲਾ ਸਾਡੀ ਬੱਕਰੀਆਂ ਜਿਹੜੇ ਵਧਦੀਆਂ ਜਾ ਰਹੀਆਂ, 2 ਬੱਕਰੀਆਂ ਜਿਹੜੀਆਂ ਸਾਰੀਆਂ ਹੋਰ ਆ ਗਈਆਂ। ਹਾਂਜੀ ਹਾਂਜੀ ਹਾਂਜੀ, ਮਾਸ਼ਾਅੱਲਾ ਹੁਣ 11 ਹੋ ਗਈਆਂ ਨੇ। ਹਾਂ 11 ਹੋ ਗਈਆਂ, 11 ਹੋ ਗਈਆਂ, ਕਿਉਂਕਿ ਇੱਕ ਟੈਡੀ ਬੱਕਰਾ ਵੇਚ ਦਿੱਤਾ ਸੀਗਾ, ਨਹੀਂ ਤਾਂ 12 ਹੋ ਜਾਣੀਆਂ ਨੇ, ਚੱਕ ਨਹੀਂ ਮਾਰਨਾ ਹੈਗਾ, ਚੱਕ ਨਹੀਂ ਮਾਰਨਾ, ਠੀਕ ਹੈ ਨਾ। ਉਹ ਬੱਕਰਾ ਮਾਰਦਾ ਚੱਕ, ਉਹਨੂੰ ਨੇ ਉਹਦੇ ਅੱਗੇ ਹੱਥ ਨਹੀਂ ਕਰਨਾ। ਇਸੇ ਤਰ੍ਹਾਂ ਤੁਹਾਨੂੰ ਮੈਂ ਕਹਿ ਰਹੀ ਸੀ ਕਿ ਵੀ ਜਿਹੜਾ ਨਾ ਤੁਸੀਂ ਸਾਰੇ ਕੰਨ ਦੇਖੋ ਮਾਸ਼ਾਅੱਲਾ ਕਿਤਨੇ ਪਿਆਰੇ ਹੈਗੇ ਨੇ, ਵੱਡੇ ਕੰਨ ਹੈਗੇ ਨੇ ਇਹਦੇ। ਇਸੇ ਤਰ੍ਹਾਂ ਨਾ ਤੁਸੀਂ ਸਾਰੇ ਮੇਰੇ ਬਹਿਣਾ ਭਾਈ ਦੁਆ ਕਰਨੀ ਹੈਗੇ ਵੀ ਅੱਲਾ ਪਾਕ ਇਹਨਾਂ ਦੇ ਵਿੱਚ ਬਰਕਤ ਪਾਵੇ ਤੇ ਅੱਲਾ ਪਾਕ ਇਹਨਾਂ ਰੰਗ ਲਾਵੇ। ਹਾਂਜੀ ਹਾਂਜੀ, ਤੇ ਸਾਡੀਆਂ ਬੱਕਰੀਆਂ ਦੇ ਵਿੱਚ ਇਨਸ਼ਾਅੱਲਾ ਅਸੀਂ ਇੱਕ ਦਿਨ ਮੱਝੇ ਵਾਲਾ ਫਾਰਮ ਜਿਹੜਾ ਨਾ ਜ਼ਰੂਰ ਬਣਾਵਾਂਗੇ ਜੇ ਜ਼ਿੰਦਗੀ ਰਹੀ ਤਾਂ, ਕਿਉਂਕਿ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜ਼ਿੰਦਗੀ ਰਹੀ ਤਾਂ ਤੁਹਾਡੇ ਨਾਲ ਅਸੀਂ ਮੱਝੇ ਵਾਲਾ ਫਾਰਮ ਬਣਾ ਕੇ ਜ਼ਰੂਰ ਸ਼ੇਅਰ ਕਰਾਂਗੇ। ਔਰ ਕੀ ਕਹਿੰਦੇ ਵੀ ਨਕਲੋਂ ਸੇ ਹੁਸ਼ਿਆਰ ਰਹੇ, ਠੀਕ ਹੈ ਨਾ। ਉਹ ਆਉਂਦੇ ਨੇ ਨਾ ਨਕਲੋਂ ਸੇ ਹੁਸ਼ਿਆਰ ਰਹੇ, ਵੀ ਕੋਈ ਕੰਪਨੀ ਆਉਂਦੀ ਕੋਈ ਚੀਜ਼ ਬਣਾਈਂਦੀ ਹੈ ਤੇ ਉਹ ਆਉਂਦੇ ਨਕਲੋਂ ਸੇ ਹੁਸ਼ਿਆਰ ਰਹੇ, ਠੀਕ ਹੈ ਨਾ। ਅਸੀਂ ਹੁਣ ਬੱਕਰੀਆਂ ਰੱਖੀਆਂ ਨੇ ਤੇ ਲੋਕੀ ਬਹੁਤ ਬੱਕਰੀਆਂ ਰੱਖ ਰਹੇ ਹੈਗੇ। ਹਾਂਜੀ ਚੱਲ ਠੀਕ ਹੈ, ਸਾਰਿਆਂ ਨੂੰ ਸ਼ੌਕ ਲੱਗ ਗਿਆ। ਹਾਂਜੀ ਯੱਬ ਤੇ ਤਾਂ ਪਾਤਾ ਨਾ ਲੋਕਾਂ ਨੂੰ, ਠੀਕ ਹੈ ਨਾ। ਹੁਣ ਲੋਕ ਬੜੇ ਆਣਗੇ YouTube ਪਰ ਰੱਖਣਗੇ ਬੱਕਰੀਆਂ। ਹਾਂਜੀ ਕਹਿੰਦੇ ਸੀਗੇ ਵੀ ਤੂੰ ਨਾ ਬੱਕਰੀਆਂ ਰੱਖ ਲਈਆਂ ਤੂੰ ਚਾਰਾ, ਔਰ ਅਸੀਂ ਇਹੀ ਚਾਹਨੇ ਆ ਮਤਲਬ ਨਾ ਇਹ ਬੱਕਰੀਆਂ ਰੱਖਣ ਤੇ ਪਤਾ ਲੱਗੇ ਵੀ ਗਾਹ ਪਟਣਾ ਕਿੰਨਾ ਔਖਾ ਹੈਗਾ, ਫਿਰ ਪਤਾ ਚੱਲੇਗਾ। ਹਾਂਜੀ ਜਿਹੜੀ ਇੰਨੀ ਮਿਹਨਤ ਕਰਕੇ ਤੇ ਗਾਹ ਪਟ ਕੇ ਲਿਆਉਂਦਾ, ਕਿਉਂਕਿ ਗਰਮੀ ਹਲੇ ਤੱਕ ਬਹੁਤ ਜ਼ਿਆਦਾ ਹੈ, ਬੜੀ ਜ਼ਿਆਦਾ ਗਰਮੀ ਹੈ। ਇਹ ਸਾਡੀ ਛੋਟੀ ਜਿਹੀ ਵੀ ਬੱਕਰੀ ਹੈਗੀ, ਆ ਛੋਟੀ ਆ ਨਿੱਕੋ ਜੀ, ਆ ਬੈਠੀ ਹੈ ਨਿੱਕੋ ਜੀ ਬੱਕਰੀ। ਹਾਂਜੀ ਇਹ ਮਾਸ਼ਾਅੱਲਾ ਵੱਡੀ ਹੋ ਕੇ ਬੱਕਰੀ ਬੜੀ ਵੱਡੀ ਬਣੇਗੀ, ਨਸਲ ਨਸਲ ਠੀਕ ਹੈ ਯਾਰ, ਕਿਉਂਕਿ ਬੱਚਾ ਲਿਆ ਗਿਆ ਸਾਡੇ ਜਿੱਡੀ ਬੱਕਰੀ ਹੈਗੀ, ਜਿੱਡੀ ਬੱਕਰੀ ਓਡੇ ਹੀ ਹੁੰਦੇ ਕੰਨ ਹੈਗੇ ਨੇ ਦੇਖ ਲਓ ਮਾਸ਼ਾਅੱਲਾ। ਇਹ ਹੈਗੇ ਵੀ ਛੋਟਾ ਬੱਚਾ, ਲੇਕਿਨ ਇਹ ਵੀ ਨਸਲੀ ਬੜਾ ਹੈਗਾ ਬੱਕਰੀ, ਮਾਸ਼ਾਅੱਲਾ ਬੜੀ ਵੱਡੀ ਬਣੇਗੀ, ਇਹਦੀ ਜਿਹੜੀ ਹਾਈਟ ਹੈ ਨਾ ਇੰਨੀ ਹੋਵੇਗੀ ਬੱਕਰੀ ਦੀ, ਬਿਲਕੁਲ ਜੀ। ਔਰ ਬਾਕੀ ਮਾਸ਼ਾਅੱਲਾ 2, ਹਾਂਜੀ 2 4 ਤੇ 4 ਇਹ ਵਾਲੀਆਂ 8 ਤੇ 2 ਮਾਸ਼ਾਅੱਲਾ 10 ਤੇ 1 11,
ਹਾਂ ਤੂੰ ਬੈਠ ਕੇ ਖਾ ਰਹੀ ਹੈ, ਰੱਜ ਗਈ ਹੈ ਨਾ ਤਾਂ ਕਰਕੇ ਰੱਜ ਕੇ ਬੈਠੀ ਹੈਗੀ ਨਾ, ਬਿਲਕੁਲ ਇਹਨੇ ਰੱਜ ਕੇ ਖਾ ਲਿਆ ਹੈਗਾ ਮਾਸ਼ਾਅੱਲਾ। ਔਰ ਇਹ ਬੱਕਰੀ ਦਾ ਤਾਂ ਕਮਾਲ ਹੀ ਹੈ ਜੀ ਮਾਸ਼ਾਅੱਲਾ, ਇਹਦਾ ਕੱਦ ਵੀ ਬਹੁਤ ਵੱਡਾ ਬਣੇਗਾ, ਛੋਟੀ ਜਿਹੀ ਲਈ ਸੀ ਆਪਾਂ ਤਾਂ ਹੁਣ ਮਾਸ਼ਾਅੱਲਾ ਕਿੱਡਾ ਕੱਦ ਦਿੰਦਾ ਹੋ ਗਿਆ। ਇਹ ਅਤੇ ਉਹ ਵਾਲੀਆਂ ਇਕੱਠੀਆਂ ਲਈਆਂ ਸੀ ਅੱਜ ਥੱਲੇ ਬੈਠੀ ਹੈਗੀ ਮਾਸ਼ਾਅੱਲਾ, ਉਹਦਾ ਇਹ ਕੱਦ ਬੜਾ ਹੈਗਾ, ਉਠਾਉਂਦਾ ਨਹੀਂ ਪਿਆ ਕਿਉਂ ਪਿਆਰੀ ਲੱਗ ਰਹੀ ਬੈਠੀ ਹੋਈ, ਬੈਠੀ ਰਹੇ ਠੀਕ ਹੈ ਜੀ। ਮਾਸ਼ਾਅੱਲਾ ਤੁਹਾਨੂੰ ਵਿਜ਼ਿਟ ਕਰਾਉਣ ਲੱਗੇ ਹਾਂ ਬੱਕਰੀਆਂ ਆਪਣੀਆਂ ਦਾ। ਇਹ ਦੇਖੋ ਸਭ ਤੋਂ ਪਹਿਲੇ ਆਪਣਾ ਸ਼ੇਰੂ ਸਿੰਘ, ਹੈਲੋ, ਇਹ ਰਿਹਾ ਆਪਣਾ ਸ਼ੇਰੂ ਸਿੰਘ ਔਰ ਇਹਦੀ ਛੋਟੀ ਬੱਕਰੀ। ਹਾਂਜੀ ਹਾਂ ਹਾਂ ਸਮਝਦਾ ਜਾਂਦਾ ਮਾਸ਼ਾਅੱਲਾ, ਇਹਦਾ ਇਹਦਾ ਜਿਹੜਾ ਸਿਰ ਜਿਹਾ ਇੱਥੋਂ ਨਿਕਲਿਆ ਹੋਇਆ ਨਾ ਉੱਪਰੋਂ, ਟਿੱਡਾ ਜਾਂਦਾ ਸਿਰ ਹੈਗਾ ਦੇਖੋ ਨਾ, ਇੱਥੋਂ ਨਿਕਲਿਆ ਹੋਇਆ ਉੱਪਰੋਂ ਨਾ ਕੁੱਚਾ ਹੈਗਾ, ਪਰ ਮਾਸ਼ਾਅੱਲਾ ਹੁਣ ਸਮਝਦਾ ਜਾਂਦਾ ਹੈਗਾ। ਅਤੇ ਇਹ ਛੋਟੀ ਬੱਕਰੀ ਸਾਡੀ, ਅਤੇ ਇਹ ਆਲੀ ਤੋਂ ਵੱਡੀ ਹੈਗੀ, ਉਹਨੂੰ ਛੋਟਾ ਇਹਦਾ ਕੱਦ ਹੈਗਾ, ਹਾਂ ਟੈਡੀ ਬੱਕਰੀ ਜੀ। ਔਰ ਇਹ ਵੀ ਬੜੀ ਨਸਲੀ ਬੱਕਰੀ ਮਾਸ਼ਾਅੱਲਾ, ਇਹ ਦੇਖੋ ਜ਼ਬਰਦਸਤ ਹੋ ਗਿਆ। ਉਹ ਇਹ ਵਾਲੀ ਜਿਹੜੀ ਇਹ ਵੀ ਸੋਨ ਵਾਲੀ ਬੱਕਰੀ ਹੈਗੀ, ਇਹ ਅਤੇ ਇਹ ਮੱਖੀ ਚੀਨੀਆਂ ਹੈਗੀਆਂ ਨੇ ਚਾਰ, ਔਰ ਇਹ ਆਪਣੀ ਡੱਬੀ ਬੱਕਰੀ ਮਾਸ਼ਾਅੱਲਾ, ਅਤੇ ਇਹ ਵੀ ਬੱਚੇ ਦੇਣ ਵਾਲੀ ਹੈਗੀ। ਔਰ ਇਹ ਤਾਂ ਫਿਰ ਦੋਵੇਂ ਪਹਿਲੇ ਤੁਹਾਨੂੰ ਪਤਾ ਹੈ, ਇਹ ਤਾਂ ਬੱਚੇ ਦੇਣ ਵਾਲੀਆਂ ਜੋ ਹੈਗੀਆਂ, ਦੇਖੋ ਪਾਜ ਰਹੇ ਹੈਗੇ ਵਿੱਚ ਬੱਚੇ ਆ, ਹਾਂ ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਔਰ ਇਹ ਬੱਕਰੀ ਅਤੇ ਇਹ ਬੱਕਰੀ ਸਭ ਤੋਂ ਜ਼ਿਆਦਾ ਨਸਲੀ ਹੈਗੀਆਂ ਨੇ, ਸਭ ਨਸਲੀ ਤਾਂ ਉਹ ਜਿਹੜੀਆਂ ਸਾਰਿਆਂ ਤੋਂ ਜ਼ਿਆਦਾ ਤਾਂ ਇਹ ਨਸਲੀ ਨੇ ਨਾ, ਜਿਹੜੀਆਂ ਚੀਨੀਆਂ ਬੱਕਰੀਆਂ ਨੇ ਚਾਰ, ਇਹ ਜ਼ਿਆਦਾ ਨਸਲੀ ਹੈਗੀ। ਤਿੰਨ ਹੈਗੀਆਂ ਨੇ, ਇੱਕ ਤਾਂ ਆਪਣਾ ਬੱਕਰਾ ਹੈਗਾ, ਇੱਕ ਬੱਕਰਾ, ਤਿੰਨ ਬੱਕਰੀਆਂ ਹੈਗੀਆਂ ਚੀਨੀਆਂ। ਇਨਸ਼ਾਅੱਲਾ ਹੁਣ ਜਿਹੜੀਆਂ ਲਵਾਂਗੇ ਚੀਨੀਆਂ ਬੱਕਰੀਆਂ ਹੀ ਲਵਾਂਗੇ ਇਨਸ਼ਾਅੱਲਾ। ਹਾਂਜੀ ਆਪੇ ਚੀਨੀਆਂ ਬਣਦੀਆਂ ਜਾਣੀਆਂ ਹੈਗੀਆਂ ਨੇ, ਹਾਂਜੀ ਸਾਰੀਆਂ ਵਿੱਚ ਚੀਨੀਆਂ ਬਣਦੀਆਂ ਜਾਣੀਆਂ ਹੈਗੀਆਂ, ਉਹ ਬਲਾਈ ਖੜੀਆਂ ਹੈਗੀਆਂ। ਹਾਂਜੀ ਹਾਂਜੀ ਹਾਂ ਚੀਨਾ ਹੋਗਾ, ਇਹ ਇਹਦੇ ਮਤਲਬ ਬੱਚੇ ਹੋਣਗੇ ਸਾਰੇ ਜੀ। ਇੱਥੇ ਹਸਨ ਬੇਟੇ ਨੂੰ ਛੋੜਨ ਆ ਗਿਆ ਹੈਗਾ, ਅਤੇ ਮਾਸ਼ਾਅੱਲਾ ਆਪਣਾ ਤਮੀਰੋ ਨੌ ਦਾ ਕੰਮ ਸ਼ੁਰੂ ਹੈਗਾ। ਦੇਖੋ ਮਾਸ਼ਾਅੱਲਾ ਕਿਤਨੀ ਪਿਆਰੀ ਥੱਲੋਂ ਜਿਹਨਾਂ ਈਟ ਭਰੀ ਹੈਗੀ, ਥੱਲੇ ਆਪਣਾ ਡੈਂਪ ਪਾਇਆ ਹੈਗਾ ਬੜਾ ਜ਼ਬਰਦਸਤ ਸੋਹਣਾ, ਅਤੇ ਬਾਕੀ ਇਹ ਦੇਖੋ ਕੋਲੇ ਬਣ ਕੇ ਅਤੇ ਮੁਕੰਮਲ ਜਿਹੜਾ ਸੈਟਅਪ। ਸਾਜ ਨਾਲ ਰਹਿੰਦੇ ਪਿਓ ਨਾ, ਇੱਟ ਬਾਈ ਇੱਟ ਰਲ ਲਈ, ਹਾਂ ਠੀਕ ਹੈ, ਇੱਕ ਬਾਹਰ ਹੋਵੇ ਅਤੇ ਇੱਕ ਅੰਦਰ, ਇੱਕ ਬਾਹਰ ਇੱਕ ਅੰਦਰ, ਤਾਂ ਕਿ ਮਜ਼ਬੂਤੀ ਚੰਗੀ ਹੋਵੇ ਸਾਜ, ਠੀਕ ਹੈ ਨਾ। ਇੱਥੇ ਪੂਰੀ ਇੱਟ ਆਉਂਦੀ ਹੈ, ਕਿੱਟ ਚੱਕੋ ਖਬਲਾ, ਚੱਕੋ ਖੇਟ ਭਲਾ, ਪਤਾ ਚੱਲੇ ਨਾ ਮਜ਼ਬੂਤੀ ਦਾ। ਫਿਰ ਐਸੇ ਇੱਕ ਹੋਰ ਰੱਖੋ ਖਬਲਾ ਪਹਿਲੀ ਸਾਈਡ 'ਤੇ, ਇਹ ਦੇਖੋ ਜੀ ਇਸ ਤਰੀਕੇ ਹੋ ਰਿਹਾ ਹੈ ਕੰਮ। ਇੱਕ ਇੱਟ ਇੰਜ ਅਤੇ ਇੰਜ ਲੱਗ ਜਾਂਦੀ ਹੈਗੀ, ਇੱਕ ਇੰਜ ਲੱਗ ਜਾਂਦੀ ਹੈਗੀ, ਔਰ ਇਹ ਮਜ਼ਬੂਤੀ ਬਹੁਤ ਜ਼ਿਆਦਾ ਪਾਇਦਾਰੀ ਹੋ ਜਾਏਗੀ। ਔਰ ਪਰਦਾ ਜਿਹੜਾ ਮੁਕੰਮਲ ਹੈ ਪਰਦੀ, ਯਾਨੀ ਕਿ ਦੀਵਾਰ ਹੈ ਵਾਸ਼ਰੂਮ ਜਿੰਨੀ ਉੱਚੀ ਹੋ ਜਾਣੀ ਹੈਗੀ, ਅਤੇ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣਾ ਵੀ ਕਿਤਨੀ ਉੱਚੀ ਲੱਗੇਗੀ ਆਪਾਂ ਨੂੰ। ਔਰ ਜੀ ਇਹ ਦੇਖੋ ਇੱਥੋਂ ਕਿਤਨੀ ਉੱਚਾਈ ਹੋ ਜਾਏਗੀ, ਜਦੋਂ ਵਾਸ਼ਰੂਮ ਤੀਕਰ ਚਲੀ ਗਈ ਦੀਵਾਰ ਤਾਂ ਫਿਰ ਦੋ ਕਮਰਿਆਂ ਜਿੰਨੀ ਉੱਚਾਈ ਹੋ ਜਾਏਗੀ। ਔਰ ਹਸਨ ਬੇਟਾ ਸੁਬਾਹ ਦਾ ਨਾਲ ਹੀ ਲੱਗਿਆ ਹੈਗਾ ਮਿਸਤਰੀ ਅਤੇ ਮਜ਼ਦੂਰ ਦੇ, ਮਜ਼ਦੂਰ ਕੀ ਹੈ ਘਰ ਦਾ ਮਾਲਕ ਹੀ ਹੈਗਾ, ਅਤੇ ਅਸੀਂ ਉਹਨੂੰ ਆਖਿਆ ਵੀ ਮਜ਼ਦੂਰ ਅਸੀਂ ਜ਼ਰੂਰ ਰੱਖਣਾ ਹੈਗਾ, ਮਜ਼ਦੂਰੀ ਦੇ ਤੂੰ ਪੈਸੇ ਲੈ ਲਵੀਂ ਤਾਂ ਤੂੰ ਹੀ ਨਾਲ ਲੱਗਾ ਰਹਿ, ਬਾਕੀ ਹਸਨ ਨਾਲ ਲੱਗਿਆ ਹੋਇਆ ਕਿ ਜਲਦੀ ਕੰਮ ਕੰਪਲੀਟ ਹੋ ਜਾਵੇ। ਪਹਿਲੇ ਮਿਸਤਰੀ ਦੀ ਵਜ੍ਹਾ ਤੂੰ, ਇਸ ਮਿਸਤਰੀ ਨੇ ਸਾਨੂੰ 3 ਦਿਨ ਹੋ ਗਏ ਨੇ ਆਖਦਾ ਸੀ ਤੁਸੀਂ ਜਾਓ ਅਤੇ ਮੈਂ ਆ ਰਿਹਾ, ਤੁਸੀਂ ਜਾਓ ਅਤੇ ਮੈਂ ਆ ਰਿਹਾ। ਬਾਈ ਜਾਨ ਸਾਡਾ ਕੀ ਕਸੂਰ ਹੈਗਾ, ਅਸੀਂ 4 ਦਿਨ ਸੰਦ ਰੁਲਾਇਆ ਪੂਰੇ, ਲੇਕਿਨ ਹੁਣ ਫਸ ਗਿਆ ਹੈਗਾ, ਹੁਣ ਇਹਨੂੰ ਉਦੋਂ ਜਾਣ ਦੇਵਾਂਗੇ ਜਦੋਂ ਦੀਵਾਰ ਬਿਲਕੁਲ ਨਾ ਉੱਪਰ ਤੀਕਰ ਮੁਕੰਮਲ ਹੋ ਗਈ, ਬਿਲਕੁਲ ਉੱਪਰ ਤੀਕਰ ਤੋੜ ਤੀਕਰ ਮੁਕੰਮਲ ਹੋ ਗਈ, ਯਾਨੀ ਕਿ ਇਹਨਾਂ ਦਾ ਖਤਰਾ ਮਿਟ ਗਿਆ, ਕਿਉਂਕਿ ਜਾਨਵਰ ਵਗੈਰਾ ਰੱਖੇ ਹੈਗੇ ਨੇ ਅਤੇ ਬੜੀ ਪਰੇਸ਼ਾਨੀ ਇਹਨਾਂ ਨਾਲ ਬਣਦੀ ਹੈਗੀ। ਹਸਨ ਗਰਮੀ ਹੈਗੀ, 2 ਮਿੰਟ ਆਰਾਮ ਕਰ ਲਓ, ਕਾਫੀ ਦੇਰ ਹੋ ਗਈ, ਅੱਧਾ ਘੰਟਾ ਹੋ ਗਿਆ ਹਸਨ ਇਹ ਕੁਟਾਈ ਕਰ ਰਿਹਾ ਹੈਗਾ।
ਅੱਲਾ ਪਾਕ ਕਰਮ ਕਰੇ, ਅੱਲਾ ਪਾਕ ਅਜਰ ਵੀ ਦੇਵੇ। ਔਰ ਇਹ ਦੇਖੋ ਕਿਤਨੀ ਉੱਚਾਈ ਹੈਗੀ, ਇੱਥੋਂ ਸ਼ੁਰੂ ਹੁੰਦੀ ਹੈਗੀ ਅਤੇ ਦੇਖੋ ਕਿੱਥੇ ਜਾਣੀ ਹੈਗੀ, ਯਾਨੀ ਕਿ ਨਾ ਡਬਲ ਕਮਰੇ ਜਿੰਨੀ, ਯਾਨੀ ਕਿ ਹਾਈਟ ਤਕਰੀਬਨ 20 ਫੁੱਟ ਪੱਕੀ ਹੈਗੀ, ਕਿਉਂਕਿ ਉਹ ਬਾਈ ਦੇ ਨਾਲ ਮਕਾਨ ਹੈ ਨਾ ਨਵਾਜ਼ ਬਾਈ ਦਾ, ਅਤੇ ਉਹ ਵੀ ਪੂਰੀ 20 ਫੁੱਟ ਹੈਗੀ ਉੱਚਾਈ। ਦੇਖੋ ਪੂਰੀ 20 ਫੁੱਟ ਉੱਚਾਈ, ਹਾਂ ਉਹਦੇ ਬਰਾਬਰ ਹੋ ਜਾਣੀ ਨਾ, ਉਹਦੇ ਬਰਾਬਰ ਹੀ ਆਪਾਂ ਵਾਸ਼ਰੂਮ ਦੀਵਾਰ ਕੀਤੀ ਹੈਗੀ, ਅਤੇ ਇਹ ਟੋਟਾ ਬਣੇਗਾ ਨਾ, ਇਹ ਟੋਟਾ ਬਣ ਜਾਏਗਾ, ਇਹ ਮੁਕੰਮਲ ਹੋ ਜਾਏਗੀ, ਫਿਰ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ ਵੀ ਕਿਤਨੀ ਪਿਆਰੀ ਲੱਗ ਰਹੀ ਔਰ ਕਿਤਨੀ ਉੱਚੀ ਹੈਗੀ। ਔਰ ਬਾਕੀ ਜੀ ਇਹ ਸਾਈਡ ਜਿਹੜੀ ਨਾ ਕਵਰ ਕਰੀ ਹੈਗੀ, ਕੱਲ੍ਹ ਜਵੈਦ ਬਾਈ ਲੱਗਿਆ ਹੋਇਆ ਸੀ ਮਜ਼ਦੂਰ, ਅਤੇ ਕਵਰ ਕਰਨ ਦਾ ਮਤਲਬ ਇਹ ਹੈ ਕਿਉਂਕਿ ਮਿੱਟੀ ਵਗੈਰਾ ਇੱਥੇ ਸਿੱਟ ਕੇ ਨਾ, ਅਤੇ ਥੱਲੇ ਪੱਥਰ ਸਿੱਟ ਕੇ ਤਾਂ ਕਿ ਦੀਵਾਰ ਗਿਰੇ ਨਾ, ਕੋਈ ਖਤਰਾ ਨਾ ਹੋਵੇ। ਅਤੇ ਇਹ ਦੇਖੋ ਤੋੜ ਤਿੱਕਰ ਨਾ ਬਜਰੀ ਪਾ ਦਿੱਤੀ ਹੈ, ਦੇਖੋ ਮੁਕੰਮਲ ਤੋੜ ਤਿੱਕਰ ਥੱਲੇ ਡਬਲ ਡਬਲ ਬਜਰੀ ਪਾ ਕੇ ਉੱਤੋਂ ਕੁਟਾਈ ਕਰ ਦਿੱਤੀ ਹੈ, ਅਤੇ ਇਹ ਮੁਕੰਮਲ ਹੋ ਗਈ, ਯਾਨੀ ਕਿ ਨਾ ਦੇਖੋ ਨੀਂਹ ਭਰੀ ਗਈ ਹੈਗੀ ਇੱਥੋਂ। ਇਹ ਦੇਖੋ ਜਵੈਦ ਬਾਈ ਨੇ ਡਬਲ ਡਬਲ ਬਜਰੀ ਕੁੱਟ ਕੇ ਮੁਕੰਮਲ ਕਰਕੇ ਇਹ ਥੱਲੇ ਬੰਨ ਦੇਣ ਦਾ ਲੱਗਿਆ ਹੈਗਾ, ਡੈਂਪ ਜਿਹਨੂੰ ਕਹਿੰਦੇ ਆ। ਅਤੇ ਬਾਕੀ ਮਾਸ਼ਾਅੱਲਾ ਦੀਵਾਰ ਬੜੀ ਪਿਆਰੀ ਲੱਗੇਗੀ ਉੱਪਰ ਅੱਜ ਜਦੋਂ ਆ ਗਈ ਨਾ। ਠੀਕ ਹੈ ਜੀ, ਚੱਲੇ ਆਪਾਂ ਘਰ। ਦੋ ਰੇੜੇ ਰੇਤ ਦੇ ਲੈ ਕੇ ਆਏ ਸੀ, ਹਾਲੇ ਤੀਕਰ ਕਾਫੀ ਰੇਤ ਪਈ ਹੈਗੀ, ਜਦੋਂ ਰੇਤ ਕੰਮ ਹੋਣ ਲੱਗੀ ਫਿਰ ਕੱਲ੍ਹ ਸਟਵਾ ਲਾਂਗੇ ਇਨਸ਼ਾਅੱਲਾ। ਔਰ ਯਾਦ ਬਾਈ ਦੀ ਦੁਕਾਨ ਹਾਲੇ ਤੀਕਰ ਬੰਦ ਹੈਗੀ, ਕੀ ਮਸਲਾ ਹੈ ਚੱਲਦੇ ਹਾਂ ਤਾਂ ਵੀ ਪਤਾ ਕਰਨੇ ਆ। ਹਸਨ ਬੇਟਾ ਕਹਿ ਰਿਹਾ ਕਿ ਚਾਚੀ ਜਾਜ ਬੱਚੇ ਨੂੰ ਦਵਾਈ ਲੈਣ ਵਾਸਤੇ ਸ਼ਹਿਰ ਗਏ ਹੋਏ ਹੈਗੇ ਨੇ, ਤਦੇ ਕਰਕੇ ਦੁਕਾਨ ਬੰਦ ਹੈਗੀ, ਨਹੀਂ ਤਾਂ ਘਰੇ ਜਾਣਾ ਸੀ ਅਤੇ ਫਿਰ ਹੀ ਘਰ ਚੱਲਦੇ ਇਨਸ਼ਾਅੱਲਾ। ਬਾਕੀ ਚੱਲਦੇ ਹਾਂ ਘਰ ਜੀ। ਘਰ ਵਾਪਸ ਆ ਗਿਆ ਅਤੇ ਇੱਥੇ ਆ ਕੇ ਤਾਂ ਦੋ ਤਿੰਨ ਕੰਮ ਹੈਗੇ ਸੀ, ਸ਼ਹਿਰ ਜਾਣਾ ਸੀ, ਉੱਧਰੋਂ ਹੋ ਲਿਆ ਹੈਗਾ, ਦੋ ਤਿੰਨ ਕੰਮ ਜੇ ਕੰਪਲੀਟ ਕਰ ਲੈਣ ਤੋਂ ਚੱਲਦੇ ਹਾਂ, ਮਿਸਤਰੀ ਨੇ ਕਿੰਨਾ ਕੰਮ ਕੀਤਾ ਚੱਲ ਕੇ ਦੇਖ ਕੇ ਆਉਂਦੇ ਹਾਂ। ਬਾਕੀ ਇੱਥੇ ਜਾਦ ਬਾਈ ਕੋ ਆ ਗਿਆ, ਮੋਟਰਸਾਈਕਲ ਇੱਥੇ ਰੱਖਿਆ ਹੈਗਾ ਅਤੇ ਪੈਦਲ ਚੱਲਦੇ ਹਾਂ ਉੱਥੇ, ਪਤਾ ਕਰਕੇ ਆਉਂਦੇ ਕਿੰਨਾ ਕੰਮ ਨਿਬੇੜੇਗਾ ਮਿਸਤਰੀਆਂ ਕੀ ਜੀ। ਮਾਸ਼ਾਅੱਲਾ ਮਿਸਤਰੀ ਨੇ 5 ਵਾਰ ਮੇਰੇ ਮਤਲਬ ਇਹ ਨਾ ਸ਼ਹਿਰ ਦੇ ਜਾਂਦਾ ਤੀਕਰ ਇਹ ਦੇਖ ਲਓ ਦੇ ਲਿਆ ਹੈਗੇ ਨੇ, ਹੁਣ ਤਾਂ ਮਾਸ਼ਾਅੱਲਾ ਉੱਚੀ ਹੋ ਗਈ ਕੰਧ ਹੈ। ਮਿਸਤਰੀ ਸਾਹਿਬ ਵੈਰੀ ਗੁੱਡ, ਥੱਲੇ ਬਹੁਤ ਡੂੰਗੀ ਹੈਗੀ, ਓਏ ਹੋਏ ਹੋਏ ਦੇਖੋ ਕਿਤਨਾ ਵਾਇਆ ਹੈਗਾ ਤੋੜ ਤਿੱਕਰ। ਹਸਨ ਪਰਲੀ ਆਪਣਾ ਜਗ੍ਹਾ ਨਾ ਕੰਪਲੀਟ ਕਰ ਲਈ, ਇੱਟਾਂ ਜਿਹੜੀਆਂ ਉੱਤੇ, ਹਸਨ ਇਹ ਤਾਰ ਵੀ ਕੀਤੀਆਂ ਨੇ ਉਹ ਡੇਰੀ, ਚਲੋ ਸਹੀ ਹੈ। ਬਾਕੀ ਉੱਤੇ ਸਿੱਟ ਲਓ ਅਤੇ ਪਰਲਾ ਟੋਟਾ ਪਹਿਲਾਂ ਚਾ ਲਓ, ਬਾਕੀ ਇਹ ਵਾਲੇ ਇੱਥੇ ਰੋਕ ਦਿੰਦੇ ਹਾਂ ਕਿਉਂਕਿ ਗਿੱਲੀ ਹੈਗੀ ਦੀਵਾਰ ਉੱਤੇ, ਹੁਣ ਨਾ ਗੋਆਂ ਦਾ ਕੰਮ ਹੈਗਾ ਕਿਉਂਕਿ ਕੰਪਲੀਟ ਕਰਨੀ ਉੱਪਰ ਆਪਣਾ 7 ਫੁੱਟ ਸੀ, 7 ਹੀ ਬਲਕਿ 7.5 ਫੁੱਟ ਬਣ ਜਾਣੀ ਹੈਗੀ। ਅਤੇ ਇੱਧਰਲਾ ਜਿਹੜਾ ਆਹ ਵਾਲਾ ਟੋਟਾ ਹੈ ਨਾ, ਇਹ ਵਾਲਾ ਟੋਟਾ ਇਹ ਨਾਲ ਚੱਕ ਲਈਏ, ਮੈਂ ਕਿਹਾ ਸ਼ਾਮ ਤੀਕਰ ਇਹ ਜਿੱਥੇ ਤੀਕਰ ਹੋ ਗਿਆ ਇਨਸ਼ਾਅੱਲਾ ਸੁਬਹ ਫਿਰ ਲੱਗਾਂਗੇ ਤਾਂ ਉਹ ਵੀ ਉੱਤੇ ਚੱਕ ਦੇਵਾਂਗੇ ਦੀਵਾਰ 'ਤੇ ਵੀ। ਬਾਕੀ ਪਰਲੀ ਨੁੱਕਰ ਹੈ ਜੀ, ਇਨਸ਼ਾਅੱਲਾ ਉਹ ਪਰਸੋਂ ਨੂੰ ਸ਼ੁਰੂ ਹੋ ਜਾਵਾਂਗੇ। ਹਸਨ ਲੱਗਿਆ ਇੱਟਾਂ ਸੱਟਣ ਨੂੰ, ਠੀਕ ਹੋ ਗਿਆ ਬਾਬਾ ਹਸਨ, ਠੀਕ ਹੋ ਗਿਆ, ਵੈਰੀ ਗੁੱਡ ਬੇਟਾ, ਵੈਰੀ ਗੁੱਡ ਕੰਮ ਕੀਤਾ ਪੁੱਤਰ, ਜਾਨ ਬਣਦੀ ਹੈਗੀ, ਠੀਕ ਹੈ ਨਾ ਜਿਵੇਂ ਤੁਹਾਨੂੰ ਸਮਝਾਇਆ ਹੋਇਆ, ਕੰਮ ਕੀਤਾ ਬੰਦਾ ਲਿੱਸਾ ਨਹੀਂ ਹੁੰਦਾ, ਕਿਉਂ ਮਿਸਤਰੀ ਸਾਹਿਬ? ਕੰਮ ਕੀਤਾ ਜਾਨ ਬਣਦੀ ਹੈਗੀ, ਪੈਪ ਲਿਆ ਪਾਣੀ ਵਾਲਾ, ਤਰਾਈ ਕਰ ਲਓ, ਤਰਾਈ ਕਰਕੇ ਤੇ ਹੋ ਜਾਓ ਸ਼ੁਰੂ, ਠੀਕ ਹੋ ਗਿਆ, ਠੀਕ ਹੋ ਗਿਆ, ਟੇਰੀ ਇੱਕ ਲਾ ਲਓ ਅਤੇ ਫਿਰ ਜਿਹੜਾ ਨਾ ਕੋਲ ਇੱਟਾਂ ਪਈਆਂ ਹੋਣਗੀਆਂ, ਤਰਾਈ ਵੀ ਕੋਲ ਹੋਈ ਜਾਂਦੀ ਹੈਗੀ। ਹਾਂਜੀ ਡੂੰਗੀ ਵੀ ਜਗ੍ਹਾ ਕਾਫੀ ਹੈਗੀ, ਦੇਖੋ ਕਿੱਥੋਂ ਕਿੱਥੇ ਆ ਰਹੀਆਂ ਹੈਗੀਆਂ, ਹਾਂ ਬਾਜ਼ੂ ਦਰਾ ਦੀ ਕਰਦੇ ਨੇ, ਫਿਰ ਇੱਥੇ ਆਉਣੀਆਂ ਹੁੰਦੀਆਂ ਨੇ, ਉਹ ਕਿੱਥੋਂ ਕਿਹੜੀ ਜਗ੍ਹਾ 'ਤੇ ਹੈ ਦੇਖੋ, ਇੱਥੇ ਆ ਰਹੀਆਂ ਹੈਗੀਆਂ ਨੇ।
ਆਹ ਵੀ ਸਹੀ ਹੈ, ਪੈਪ ਆਪਣਾ ਲੱਗਿਆ ਹੋਇਆ ਪੰਪ, ਪੈਪ ਨਾਲ ਤਰਾਈ ਹੋ ਜਾਂਦੀ ਹੈਗੀ ਨਾਲ ਨਾਲ। ਉਹ ਨਲਕਾ ਗੇੜ ਗੇੜ ਕੇ ਤਾਂ ਉਹਦੇ ਤਾਂ ਬੜਾ ਮਸਲਾ ਹੈਗਾ ਸੀ। ਕੋਈ ਨਹੀਂ, ਅੱਲਾ ਖੈਰ ਕਰੇਗਾ। ਔਰ ਮਾਸ਼ਾਅੱਲਾ ਬੜੀ ਪਿਆਰੀ ਜਗ੍ਹਾ ਲੱਗੀ ਹੈਗੀ ਹੈ, ਦੇਖੋ ਜ਼ਬਰਦਸਤ, ਕਿਉਂਕਿ ਮੁਕੰਮਲ ਨਾ ਓਵਰ ਲੇਟ ਨਾਲ ਔਰ ਅੱਛੀ ਜਿਹੜੀ ਹੈ ਨਾ। ਇੱਕ ਮਿੰਟ ਸਾਨੂੰ ਰੁਕੋ, ਇਹ ਦੇਖੋ ਖੁਸ਼ਕ ਹੋ ਗਿਆ ਨਾ ਸਨ, ਅਤੇ ਕਿੰਨਾ ਮਜ਼ਬੂਤ ਬਣ ਗਿਆ ਹੈਗਾ ਵਾਲਾ। ਪਿਛਲੀ ਸਾਲ ਤਰਾਈ ਪਤਾ ਨਹੀਂ ਕੀਤੀ ਉਹਨੇ, ਕੋਈ ਤਰਾਈ ਹੋਈ ਹੋਈ ਹੈ ਤਾਂ ਤਾਂ ਮਤਲਬ ਇਹ ਮਜ਼ਬੂਤ ਹੈਗਾ। ਔਰ ਬਾਕੀ ਦੇਖੋ ਖਤਰਾ ਹੀ ਖਤਰਾ ਹੈਗਾ ਸੀ, ਕਿਉਂਕਿ ਪਿੱਛੇ ਸਾਰੀਆਂ ਫਸਲਾਂ ਹੀ ਫਸਲਾਂ ਹੈਗੀਆਂ, ਅਤੇ ਸਿਰਫ ਇਹਨਾਂ ਦਾ ਘਰ ਹੀ ਨਾ, ਮਤਲਬ ਆ ਇਹਨਾਂ ਦੀ ਆਹ ਇਹਨਾਂ ਦੀ ਮਤਲਬ ਜਿਹੜੀ ਦੀਵਾਰ ਨਹੀਂ ਹੈਗੀ ਸੀ, ਬਾਕੀ ਸਾਰੇ ਘਰਾਂ ਦੀ ਦੀਵਾਰਾਂ ਹੈਗੀਆਂ ਨੇ ਮੁਕੰਮਲ। ਇਹ ਦੇਖੋ ਤੋੜ ਤਿੱਕਰ ਮੁਕੰਮਲ ਦੀਵਾਰਾਂ ਹੀ ਦੀਵਾਰਾਂ ਹੈਗੀਆਂ ਨੇ, ਸਿਰਫ ਇਹਨਾਂ ਦੀ ਦੀਵਾਰ ਨਹੀਂ ਹੈਗੀ ਸੀ। ਅੱਲਾ ਪਾਕ ਨੇ ਸਬਬ ਬਣਾ ਦਿੱਤਾ ਇਹਨਾਂ ਦਾ, ਅਤੇ ਇਹਨਾਂ ਦੀ ਦੀਵਾਰ ਵੀ ਕੰਪਲੀਟ ਹੋ ਜਾਏਗੀ ਇਨਸ਼ਾਅੱਲਾ ਦੋ ਦਿਨਾਂ ਦੇ ਵਿੱਚ। ਹਸਨ ਬੇਟਾ ਬਸ ਕਰ, ਇਹਨਾਂ ਨੂੰ ਅੱਗੇ ਕਰ ਲਾ, ਅਤੇ ਬਹੁਤ ਹੈਗੀਆਂ ਨੇ। ਹਾਂ ਇਹ ਬਹੁਤ ਹੈਗੀਆਂ ਨੇ, ਆ ਜਾ ਸਾਹ ਲੈ ਲਾ ਨਾਲੇ। ਜੀ ਚਾਹੇ ਦਾ ਹੋ ਗਿਆ ਟਾਈਮ, ਮਿਸਤਰੀ ਅਤੇ ਮਜ਼ਦੂਰ ਸਾਡੇ ਘਰ ਦਾ ਹੀ ਮਜ਼ਦੂਰ ਹੈ, ਉਹਨੂੰ ਮਜ਼ਦੂਰ ਅਸੀਂ ਕਹਿ ਲਿਆ, ਅਤੇ ਲਿਆਕਤ ਬਾਈ ਦਾ ਭਰਾ ਹੈਗਾ, ਅਤੇ ਚਾਹ ਪੀ ਕੇ ਨਾ ਤਾਂ ਉਸ ਤੋਂ ਬਾਅਦ ਅਸਾਂ ਤਾਂ ਚਾਰਿਆ, ਅਸਾਂ ਤਾਂ ਚਾਹ ਪੀਂਦਾ ਨਹੀਂ ਹੈਗਾ, ਤਾਂ ਕਰਕੇ ਉਹ ਡੋਣੀਆਂ 'ਤੇ ਬੈਠਾ। ਬਾਬੇ ਨੂੰ ਡੋਣੀ ਪਾਉਣ ਦੇ, ਉੱਠ ਜਾ ਜਾ ਹਸਨ, ਵੀ ਚਾਚਾ ਹਸਨ ਬੇਟਾ ਤੇਰੀ ਪਰ ਬੈਠਾ ਔਖਾ, ਉਹ ਹੁਣ ਉਠਾ ਵੀ ਨਹੀਂ ਸਕਦਾ, ਵੀ ਮੁੰਡਾ ਬੈਠਾ ਬੜੇ ਸ਼ੌਕ ਨਾਲ ਆ ਕੇ ਥੱਕ ਕੇ, ਤਦੇ ਕਰਕੇ ਖਿਆਲ ਕੀਤਾ ਨਾ ਬੇਟਾ, ਮੈਨੂੰ ਪਤਾ ਥੱਕਿਆ ਖੜਾ। ਅੱਛਾ ਚੱਲ ਹੁਣ ਦੁਬਾਰੇ ਗਿਆ ਫਿਰ ਲੈ ਆਵਾਂਗੇ, ਮੈਂ ਗਿਆ ਸੀ ਕੱਲ੍ਹ, ਤਿੰਨ ਲੈ ਆਵਾਂਗੇ ਲਾਜ਼ਮੀ। ਠੀਕ ਹੈ ਜੀ, ਆਪਾਂ ਚੱਲੇ ਹਾਂ ਘਰ, ਔਰ ਜਿਹੜੀ ਕੱਲ੍ਹ ਨੀਂਹ ਭਰੀ ਸੀ ਉਹਦੇ ਉੱਤੇ ਬੱਕਰੀ ਬੈਠੀ ਹੋਈ ਹੈ, ਉੱਠ ਜਾ ਵਿੱਚ ਚੁਣਾਈ ਹੋ ਜਾਣੀ ਨਹੀਂ ਤਾਂ ਤੇਰੀ। ਔਰ ਇਹ ਦੇਖੋ ਮਾਸ਼ਾਅੱਲਾ ਦੀਵਾਰ ਐਂਡ ਕੰਪਲੀਟ ਹੋ ਗਈ ਨਾ ਮੁਕੰਮਲ, ਅਤੇ ਬੜੀ ਖੂਬਸੂਰਤੀ ਵੀ ਬਣ ਜਾਵੇਗੀ, ਤਾਂ ਉਸ ਤਰੀਕੇ ਮਾਸ਼ਾਅੱਲਾ ਨਾ ਇਹਨਾਂ ਨੂੰ ਮਤਲਬ ਇਹ ਨਾ ਕੋਈ ਟੈਨਸ਼ਨ ਨਹੀਂ ਹੋਣੀ ਹੈਗੀ, ਕਿਉਂਕਿ ਉੱਪਰ ਦੀਵਾਰ ਹੋਣੀ ਹੈ, 7 ਫੁੱਟ 8 ਫੁੱਟ ਦੀ ਇਹ ਦੀਵਾਰ ਬਣ ਜਾਣੀ ਹੈਗੀ। ਦੇਖਾਂਗੇ ਨਾਪ ਕਰਾਂਗੇ ਅਖੀਰ 'ਤੇ, ਤਕਰੀਬਨ 8 ਫੁੱਟ ਦੱਸਦਾ ਵਾ ਮਿਸਤਰੀ ਵੀ, ਇਹਦੀ ਨਾ ਉੱਚਾਈ ਨਿਕਲ ਜਾਣੀ ਹੈਗੀ ਉੱਪਰ। ਬਾਕੀ ਅੱਲਾ ਪਾਕ ਕਰਮ ਕਰੇਗਾ, ਕਿਉਂਕਿ ਥੱਲੋਂ ਵੱਡਾ ਐਰਾ ਚੱਕਿਆ ਹੈਗਾ, ਬਹੁਤ ਮਜ਼ਬੂਤ ਯਾਨੀ ਕਿ ਨਾ ਦੀਵਾਰ ਬਣ ਗਈ ਹੈਗੀ, ਕੋਈ ਮਸਲਾ ਨਹੀਂ ਬਣੇਗਾ ਇਨਸ਼ਾਅੱਲਾ। ਵੈਲਕਮ ਬੈਕ, ਘਰ ਵਾਪਸ ਆ ਗਿਆ ਹੈਗਾ, ਅਤੇ ਬੇਗਮ ਬਣਾ ਰਹੀ ਅੱਜ ਆਲੂ ਗੋਭੀ। ਆਲੂ ਗੋਭੀ ਚੱਲੇਗੀ ਅੱਜ? ਅੱਜ ਆਲੂ ਗੋਭੀ ਚੱਲੇਗੀ, ਦੁਪਹਿਰ ਨੂੰ ਗਿਆ ਸੀ ਹਸਨ ਸ਼ਹਿਰ ਤੋਂ ਲੈਣ ਵੀ ਸੀ, ਜ਼ਬਰਦਸਤ, ਤੇ ਉਹ ਜਿਹੜਾ ਨਾ ਹੁਣ ਮੈਂ ਖਾ ਟਾਈਮ ਨਾਲ ਬਣਾ ਲਈ, ਹੁਣ ਤੈਨੂੰ ਪਤਾ ਕਿ ਵੀ ਰਾਤ ਨੂੰ ਬਿਜਲੀ ਦਾ ਵੀ ਕੋਈ ਪਤਾ ਨਹੀਂ, ਸ਼ਾਮੀ ਜਿਹੜੀ ਚੱਲੀ ਜਾਂਦੀ ਇਸ ਤਰ੍ਹਾਂ ਹੀ ਹੈ, ਕੋਈ ਪਤਾ ਨਹੀਂ ਵਾਕਿਆ ਖਾਣਾ ਜਿਹੜਾ ਨਾ ਬਣਾ ਲੈਂਦੇ। ਚਲੋ ਠੀਕ ਹੈ, ਤੈਨੂੰ ਹੁਣ ਚਾਰਾ ਪਹਿਲੇ ਵਾਲਾ ਸਾਰਾ ਖਾ ਲਿਆ ਮਾਸ਼ਾਅੱਲਾ ਮੁਕੰਮਲ, ਰੱਜ ਕੇ ਖੜੇ ਹੈਗੇ ਹੁਣ ਇਹਨਾਂ ਦੇ ਰਾਤ ਵਾਸਤੇ, ਫਿਰ ਐਵੇਂ ਹੀ ਹੈ ਨਾ, ਜਾਨਵਰ ਜ਼ਿਆਦਾ ਹੈਗੇ ਨੇ, ਤਿੰਨਾਂ ਵਾਸਤੇ ਲਿਆਉਣਾ ਨਹੀਂ ਹੈਗਾ ਸਾਰੇ ਕੰਮ, ਸਾਰਾ ਦਿਨ ਇੱਕ ਮਿੰਟ ਨਹੀਂ ਮਤਲਬ ਤਾਂ ਸਕੂਨ ਕੀਤਾ, ਤੈਨੂੰ ਪਤਾ ਤਾਂ ਫਿਰ ਦੂਸਰੇ ਕੰਮ ਹੀ ਆ, ਅੱਗੇ ਪਿੱਛੇ ਜਾਣਾ ਆਉਣਾ, ਹਰ ਪਾਸੇ ਜਾਣਾ ਹੁੰਦਾ ਹੈਗਾ, ਅਤੇ ਇਹਨਾਂ ਦਾ ਖਿਆਲ ਨਾ ਕੀਤਾ ਤਾਂ ਇਹਨਾਂ ਪੜ੍ਹਨਾ ਕਿੱਥੋਂ ਹੈਗਾ ਦੱਸੋ। ਹਾਂ ਇਹ ਵੀ ਤਾਂ ਗੱਲ ਹੈ ਨਾ, ਇਹਨਾਂ ਪੜ੍ਹਨਾ ਕਿੱਥੋਂ। ਔਰ ਬਾਕੀ ਠੀਕ ਹੈ ਜੀ, ਇਹਨਾਂ ਦਾ ਚਾਰਾ ਲੈ ਕੇ ਆਉਂਦੇ ਹਾਂ ਇਨਸ਼ਾਅੱਲਾ, ਕਿਉਂਕਿ ਹੁਣ ਆਪਣੀ ਮੁਲਾਕਾਤ ਨਹੀਂ ਹੋ ਸਕਦੀ, ਕਿਉਂਕਿ ਚਾਰਾ ਲੈ ਕੇ ਆਉਣਾ, ਫਿਰ ਇਹਦੀ ਵੀਡੀਓ 'ਤੇ ਐਡੀਟਿੰਗ ਕਰਾਂਗੇ, ਆ ਕੇ ਵਾਪਸੀ 'ਤੇ ਸਾਰਾ ਪ੍ਰੋਸੀਜਰ ਤੁਹਾਡੇ ਤੀਕਰ ਪਹੁੰਚਾਵਾਂਗੇ, ਕਿਉਂਕਿ ਅਪਲੋਡ ਕਰਨ 'ਤੇ ਨਾ ਕਾਫੀ ਟਾਈਮ ਲੱਗ ਜਾਂਦਾ ਹੈਗਾ, ਫਿਰ ਐਡੀਟਿੰਗ ਵੀ ਕਰਨੀ ਹੁੰਦੀ ਹੈਗੀ, ਔਰ ਕਾਫੀ ਮਸਲੇ ਹੁੰਦੇ ਹੈਗੇ ਮਤਲਬ ਤੁਹਾਡੇ ਤੀਕਰ ਵੀਡੀਓ ਪਹੁੰਚਾਉਣ ਦੇ, ਅਤੇ ਇਨਸ਼ਾਅੱਲਾ ਕੱਲ੍ਹ ਦੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ। ਤਮਾਮ ਭੈਣਾਂ ਭਾਈ ਇੰਤਜ਼ਾਰ ਚਾਹੁੰਦੇ ਹਾਂ, ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਆਪਣਾ ਢੇਰ ਸਾਰਾ ਖਿਆਲ ਰੱਖਣਾ ਔਰ ਦੁਆ ਮੈਂ ਯਾਦ ਰੱਖਣਾ। ਬਹੁਤ ਸ਼ੁਕਰੀਆ, ਥੈਂਕ ਯੂ, ਵੀਡੀਓ ਮੁਕੰਮਲ ਵਾਚ ਕਰਨਾ।